ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਅੱਜ ਕਪੂਰਥਲਾ ਦੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਉਹਨਾਂ ਦਾ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਪਹਿਲਾਂ ਤਾਂ ਮੈਂ ਵਧਾਈ ਦੇਣਾ ਚਾਹੁੰਦਾ ਸਾਰਿਆਂ ਨੂੰ ਔਰ ਇਸ ਕਲੱਬ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹ ਹਰ ਆਏ ਦਿਨ ਸ਼ਹੀਦਾਂ ਦੇ ਸ਼ਹੀਦੀ ਦਿਵਸਾਂ 'ਤੇ ਜਨਮ ਦਿਵਸਾਂ 'ਤੇ ਕੋਈ ਨਾ ਕੋਈ ਕਾਰਜਕ੍ਰਮ ਕਰਦੇ ਨੇ ਔਰ ਮੈਂ ਇਸ ਪ੍ਰੈਸ ਦੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੂੰਗਾ ਕਿ ਅਸੀਂ ਸਿਰਫ ਫੁੱਲਾਂ ਦੀ ਸ਼ਰਧਾਂਜਲੀ ਦੇਣ ਤੱਕ ਸੀਮਤ ਨਾ ਰਹੀਏ। ਅਸੀਂ ਇਹਨਾਂ ਸ਼ਹੀਦਾਂ ਦੇ ਜਿਹੜੇ ਜਨਮ ਦਿਨ ਆ, ਜਿਹੜੇ ਸ਼ਹੀਦੀ ਦਿਵਸ ਆ, ਉਹਨਾਂ 'ਤੇ ਕੋਈ ਨਾ ਕੋਈ ਸੰਕਲਪ ਲਈਏ, ਕੋਈ ਇਹ ਸਮਾਜ ਦੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਸੰਕਲਪ ਲਈਏ, ਚਾਹੇ ਉਹ ਨਸ਼ਾ ਹੋਵੇ, ਚਾਹੇ ਭ੍ਰਿਸ਼ਟਾਚਾਰ, ਚਾਹੇ ਰਿਸ਼ਵਤਖੋਰੀ, ਚਾਹੇ ਦਹੇਜ ਦੀ ਕੁਪ੍ਰਥਾ ਹੋਵੇ, ਚਾਹੇ ਕੰਨਿਆ ਭਰੂਣ ਹੱਤਿਆ। ਅਸੀਂ ਹਰ ਦਿਨ 'ਤੇ ਕੋਈ ਨਾ ਕੋਈ ਕੁਰੀਤੀ ਨੂੰ ਦੂਰ ਕਰਨ ਦਾ ਸੰਕਲਪ ਲਈਏ ਕਿ ਸਾਡੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇ। ਜੈਨ ਦੋਸਤੋ, ਅੱਜ ਸਦੀ ਦੇ ਮਹਾਨਾਇਕ ਹਰਦਿਲ ਅਜ਼ੀਜ਼ ਨੌਜਵਾਨਾਂ ਦੀ ਦਿਲ ਦੀ ਧੜਕਣ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਸ਼ਹੀਦੀ ਆਜ਼ਮ ਭਗਤ ਸਿੰਘ ਯੂਥ ਕਲੱਬ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਅਤੇ ਕੋਨੇ ਕੋਨੇ ਵਿੱਚ ਵੱਸਦੇ ਸਾਡੇ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਸ਼ਹੀਦੀ ਆਜ਼ਮ ਭਗਤ ਸਿੰਘ ਯੂਥ ਕਲੱਬ ਵੱਲੋਂ। ਇੱਕ ਤੁਹਾਡੇ ਨਾਲ ਇਹ ਵਿਚਾਰ ਸਾਂਝੀ ਕਰਨਾ ਚਾਹੁੰਦੇ ਹਾਂ। ਮੌਜੂਦਾ ਪ੍ਰਧਾਨ ਨੇ ਸਾਡੇ ਵਿਸ਼ਾਲ ਰਾਜਪੂਤ ਜੀ, ਅਤੇ ਇਹ ਸਾਡੇ ਸ਼ਹਿਰ ਕਪੂਰਥਲੇ ਦੀ ਜਿੰਨੀ ਯੁਵਾ ਪੀੜ੍ਹੀ ਸੀ ਉਹਨਾਂ ਦੇ ਦਿਲ ਵਿੱਚ ਸੋਚ ਆਈ ਕਿ ਉਹਨਾਂ ਇੱਕ ਇੱਦਾਂ ਦਾ ਚੌਂਕ ਬਣਾਇਆ ਜਾਵੇ ਜਿਹੜਾ ਪ੍ਰਤੀਕ ਹੋਵੇ ਅਤੇ ਜਿਹਨੂੰ ਦੇਖ ਕੇ ਸਾਡੇ ਸ਼ਹਿਰ ਦੇ ਨੌਜਵਾਨ ਯੁਵਾ ਪੀੜ੍ਹੀ ਉਹਨਾਂ ਨੂੰ ਪਤਾ ਲੱਗੇ ਵੀ ਇਹ ਸ਼ਹੀਦ ਭਗਤ ਸਿੰਘ ਜੀ ਨੇ 23 ਸਾਲ ਦੀ ਉਮਰ ਦੇ ਵਿੱਚ ਦੇਸ਼ ਲਈ ਕੀ ਕੀਤਾ। ਉਹਦੇ ਸੰਬੰਧ ਦੇ ਵਿੱਚ ਅਸੀਂ ਹਰ ਸਾਲ ਉਹਨਾਂ ਦਾ ਜਨਮ ਦਿਨ ਅਤੇ ਸ਼ਹੀਦੀ ਦਿਹਾੜਾ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਮਨਾਉਂਦੇ ਹਾਂ ਅਤੇ ਸਾਰਾ ਸ਼ਹਿਰ ਇੱਥੇ ਇਕੱਠਾ ਹੁੰਦਾ ਜੀ, ਜਿੱਦਾਂ ਮੇਲੇ ਵਾਲਾ ਦਿਹਾੜਾ ਹੁੰਦਾ ਸਾਡੇ ਲਈ 23 ਅਤੇ 28 ਸਪਟੰਬਰ। ਜੈ ਹਿੰਦ। ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਅੱਜ ਕਪੂਰਥਲਾ ਦੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਉਹਨਾਂ ਦਾ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਪਹਿਲਾਂ ਤਾਂ ਮੈਂ ਵਧਾਈ ਦੇਣਾ ਚਾਹੁੰਦਾ ਸਾਰਿਆਂ ਨੂੰ ਔਰ ਇਸ ਕਲੱਬ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹ ਹਰ ਆਏ ਦਿਨ ਸ਼ਹੀਦਾਂ ਦੇ ਸ਼ਹੀਦੀ ਦਿਵਸਾਂ 'ਤੇ ਜਨਮ ਦਿਵਸਾਂ 'ਤੇ ਕੋਈ ਨਾ ਕੋਈ ਕਾਰਜਕ੍ਰਮ ਕਰਦੇ ਨੇ ਔਰ ਮੈਂ ਇਸ ਪ੍ਰੈਸ ਦੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੂੰਗਾ ਕਿ ਅਸੀਂ ਸਿਰਫ ਫੁੱਲਾਂ ਦੀ ਸ਼ਰਧਾਂਜਲੀ ਦੇਣ ਤੱਕ ਸੀਮਤ ਨਾ ਰਹੀਏ। ਅਸੀਂ ਇਹਨਾਂ ਸ਼ਹੀਦਾਂ ਦੇ ਜਿਹੜੇ ਜਨਮ ਦਿਨ ਆ, ਜਿਹੜੇ ਸ਼ਹੀਦੀ ਦਿਵਸ ਆ, ਉਹਨਾਂ 'ਤੇ ਕੋਈ ਨਾ ਕੋਈ ਸੰਕਲਪ ਲਈਏ, ਕੋਈ ਇਹ ਸਮਾਜ ਦੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਸੰਕਲਪ ਲਈਏ, ਚਾਹੇ ਉਹ ਨਸ਼ਾ ਹੋਵੇ, ਚਾਹੇ ਭ੍ਰਿਸ਼ਟਾਚਾਰ, ਚਾਹੇ ਰਿਸ਼ਵਤਖੋਰੀ, ਚਾਹੇ ਦਹੇਜ ਦੀ ਕੁਪ੍ਰਥਾ ਹੋਵੇ, ਚਾਹੇ ਕੰਨਿਆ ਭਰੂਣ ਹੱਤਿਆ। ਅਸੀਂ ਹਰ ਦਿਨ 'ਤੇ ਕੋਈ ਨਾ ਕੋਈ ਕੁਰੀਤੀ ਨੂੰ ਦੂਰ ਕਰਨ ਦਾ ਸੰਕਲਪ ਲਈਏ ਕਿ ਸਾਡੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇ। ਜੈਨ ਦੋਸਤੋ, ਅੱਜ ਸਦੀ ਦੇ ਮਹਾਨਾਇਕ ਹਰਦਿਲ ਅਜ਼ੀਜ਼ ਨੌਜਵਾਨਾਂ ਦੀ ਦਿਲ ਦੀ ਧੜਕਣ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਸ਼ਹੀਦੀ ਆਜ਼ਮ ਭਗਤ ਸਿੰਘ ਯੂਥ ਕਲੱਬ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਅਤੇ ਕੋਨੇ ਕੋਨੇ ਵਿੱਚ ਵੱਸਦੇ ਸਾਡੇ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਸ਼ਹੀਦੀ ਆਜ਼ਮ ਭਗਤ ਸਿੰਘ ਯੂਥ ਕਲੱਬ ਵੱਲੋਂ। ਇੱਕ ਤੁਹਾਡੇ ਨਾਲ ਇਹ ਵਿਚਾਰ ਸਾਂਝੀ ਕਰਨਾ ਚਾਹੁੰਦੇ ਹਾਂ। ਮੌਜੂਦਾ ਪ੍ਰਧਾਨ ਨੇ ਸਾਡੇ ਵਿਸ਼ਾਲ ਰਾਜਪੂਤ ਜੀ, ਅਤੇ ਇਹ ਸਾਡੇ ਸ਼ਹਿਰ ਕਪੂਰਥਲੇ ਦੀ ਜਿੰਨੀ ਯੁਵਾ ਪੀੜ੍ਹੀ ਸੀ ਉਹਨਾਂ ਦੇ ਦਿਲ ਵਿੱਚ ਸੋਚ ਆਈ ਕਿ ਉਹਨਾਂ ਇੱਕ ਇੱਦਾਂ ਦਾ ਚੌਂਕ ਬਣਾਇਆ ਜਾਵੇ ਜਿਹੜਾ ਪ੍ਰਤੀਕ ਹੋਵੇ ਅਤੇ ਜਿਹਨੂੰ ਦੇਖ ਕੇ ਸਾਡੇ ਸ਼ਹਿਰ ਦੇ ਨੌਜਵਾਨ ਯੁਵਾ ਪੀੜ੍ਹੀ ਉਹਨਾਂ ਨੂੰ ਪਤਾ ਲੱਗੇ ਵੀ ਇਹ ਸ਼ਹੀਦ ਭਗਤ ਸਿੰਘ ਜੀ ਨੇ 23 ਸਾਲ ਦੀ ਉਮਰ ਦੇ ਵਿੱਚ ਦੇਸ਼ ਲਈ ਕੀ ਕੀਤਾ। ਉਹਦੇ ਸੰਬੰਧ ਦੇ ਵਿੱਚ ਅਸੀਂ ਹਰ ਸਾਲ ਉਹਨਾਂ ਦਾ ਜਨਮ ਦਿਨ
ਤੇ ਸ਼ਹੀਦੀ ਦਿਹਾੜਾ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਮਨਾਉਂਦੇ ਆ ਤੇ ਸਾਰਾ ਸ਼ਹਿਰ ਇੱਥੇ ਇਕੱਠਾ ਹੁੰਦਾ ਜੀ। ਜਿੱਦਾਂ ਮੇਲੇ ਵਾਲਾ ਦਿਹਾੜਾ ਹੁੰਦਾ ਸਾਡੇ ਲਈ 23 ਤੇ 28 ਸਪਟੰਬਰ। ਜੈ ਹਿੰਦ।